ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਆ ਸਾਰੇ ਜਾਣੇ? ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ। ਸੋ ਗਾਈਜ਼, ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਇੱਕ ਲੁੱਕ ਸ਼ੇਅਰ ਕਰਨ ਵਾਲੀ ਹਾਂ, ਜਿਹਦੇ 'ਚ ਮੈਂ ਡਰੈਸ, ਹੀਲਸ ਐਂਡ ਬੈਗ। ਬੇਸਿਕਲੀ ਅੱਗੇ ਫੈਸਟਿਵ ਸੀਜ਼ਨ ਆ ਰਿਹਾ ਆ, ਬਹੁਤ ਸਾਰੇ ਫੈਸਟੀਵਲ ਆਉਣ ਵਾਲੇ ਆ, ਜਿਵੇਂ ਰੱਖੜੀ ਹੋ ਗਈ, ਦਿਵਾਲੀ ਹੋ ਗਈ, ਹੈ ਨਾ। ਤਾਂ ਮੈਂ ਉਸ ਚੀਜ਼ ਨੂੰ ਸੋਚ ਕੇ, ਯੂ ਨੋ, ਇੱਕ ਮੇਰਾ ਮਨ ਸੀਗਾ ਕਿ ਮੈਂ ਇੱਕ ਲੁੱਕ ਕ੍ਰੀਏਟ ਕਰਦੀ ਹਾਂ ਤੁਹਾਡੇ ਸਾਹਮਣੇ, ਆਪਣੀ ਜੋ ਮੇਰੀ ਚੋਇਸਿਸ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਸੋ ਮੈਂ ਪੂਰਾ ਇੱਕ ਲੁੱਕ ਕ੍ਰੀਏਟ ਕੀਤਾ ਹੈ ਐਂਡ ਇਹਦੇ 'ਚ ਸਾਰਾ ਕੁਛ ਮੇਰੀ ਚੋਇਸ ਦਾ ਆ ਐਂਡ ਇਹਦੇ ਨਾਲ ਤੁਹਾਨੂੰ ਮੇਰੀ ਚੋਇਸ ਵੀ ਪਤਾ ਲੱਗ ਚੁੱਕੀ ਕਿ ਮੇਰੀ ਚੋਇਸ ਕਿਵੇਂ ਦੀ ਹੈ। ਐਂਡ ਬੇਸਿਕਲੀ ਰੱਖੜੀ ਆ ਰਹੀ ਹੈ, ਸੋ ਮੈਂ ਰੱਖੜੀ ਦਾ ਸੋਚ ਕੇ ਸ਼ੋਪਿੰਗ ਕੀਤੀ ਸੀ ਕਿ ਇਸ ਵਾਰੀ ਮੈਂ ਪੂਰਾ ਵੈਸਟਰਨ ਲੁੱਕ ਰੱਖਣਾ ਆ। ਲੇਕਿਨ ਉਹ ਟਰਨ ਆਊਟ ਕਿਵੇਂ ਹੋਇਆ, ਕਿਵੇਂ ਨਹੀਂ, ਜਿਵੇਂ ਦਾ ਵੀ ਆ, ਉਹ ਤੁਸੀਂ ਅੱਗੇ ਵੀਡੀਓ ਨੂੰ ਇੰਜੋਏ ਕਰੋ। ਐਂਡ ਸਾਰੀਆਂ ਚੀਜ਼ਾਂ ਮੋਸਟਲੀ ਜੋ ਵੀ ਮੇਰਾ ਡਰੈਸ ਹੋ ਗਈ, ਹੀਲ ਹੋ ਗਈ, ਬੈਗ ਹੋ ਗਿਆ, ਵਾਚ ਹੋ ਗਈ, ਹੈ ਨਾ, ਔਰ ਇੱਕ ਦੋ ਮੈਂ ਮੇਕਅਪ ਪ੍ਰੋਡਕਟਸ ਵੀ ਐਡ ਔਨ ਕੀਤੇ ਨੇ ਨਿਊ ਜੋ ਮੈਂ ਯੂਜ਼ ਕੀਤੇ ਨੇ। ਸੋ ਉਹਨਾਂ ਦੇ ਵੀ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗੀ, ਤਾਂ ਕਿ ਅਗਰ ਜੇ ਤੁਸੀਂ ਕੁਛ ਵੀ ਲੈਣਾ ਹੋਵੇ ਤਾਂ ਤੁਹਾਨੂੰ ਬਿਲਕੁਲ ਵੀ ਇੱਧਰ ਉੱਧਰ ਕੁਛ ਨਾ ਲੱਭਣਾ ਪਏ, ਸਾਰਾ ਕੁਛ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਰੇ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾਤੇ ਹੈ, ਤੁਸੀਂ ਜਾ ਕੇ ਲੈ ਸਕਦੇ ਹੋ। ਵਿਦਆਊਟ ਐਨੀ ਫਰਦਰ ਡੂ, ਲੈਟਸ ਗੈਟ ਸਟਾਰਟਡ ਵਿਦ ਦ ਵੀਡੀਓ। ਸੋ ਗਾਇਜ਼, ਸਭ ਤੋਂ ਪਹਿਲਾਂ ਮੈਂ ਯੂਜ਼ ਕਰਨ ਲੱਗੀ ਹਾਂ Dot & K ਦੀ ਸਨਸਕ੍ਰੀਨ, ਵਾਟਰਮੈਲਨ ਕੂਲਿੰਗ ਸਨਸਕ੍ਰੀਨ। ਇਹਦੇ ਵਿੱਚ SPF 50, PA++++ ਹੈ ਐਂਡ ਵਿਟਾਮਿਨ ਡੀ ਵੀ ਹੈ। ਇਹ ਬਹੁਤ ਅੱਛੇ ਤਰੀਕੇ ਨਾਲ ਸਕਿਨ 'ਤੇ ਓਬਜ਼ਰਵ ਹੋ ਜਾਂਦੀ ਹੈ ਐਂਡ ਕੋਈ ਵੀ ਵਾਈਟ ਕਾਸਟ ਨਹੀਂ ਰਹਿੰਦਾ ਆਪਣੀ ਸਕਿਨ 'ਤੇ। 50 ਗ੍ਰਾਮ ਦੀ ਕੁਆਂਟਿਟੀ ਹੈ ਐਂਡ ਪ੍ਰਾਈਜ਼ ਹੈ 445, ਲੇਕਿਨ ਮੈਨੂੰ ਮਿਲੀ ਸੀ 361 'ਚ। ਹੁਣ ਨੈਕਸਟ ਜਿਹੜਾ ਪ੍ਰੋਡਕਟ ਮੈਂ ਯੂਜ਼ ਕਰਨ ਵਾਲੀ ਹਾਂ ਉਹ ਹੈ ਸਵਿਸ ਬਿਊਟੀ ਦਾ ਪ੍ਰਾਈਮਰ ਮਾਊਸ ਫਾਊਂਡੇਸ਼ਨ। ਇਹ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਾ, ਇੱਕਦਮ ਵੇਟਲੈਸ ਹੈ, ਸਮੂਥ ਹੈ, ਵੈਲਵੇਟ ਟੱਚ ਹੈ। ਮੈਂ ਜੋ ਇਹਦਾ ਸ਼ੇਡ ਔਡਰ ਕਰਤਾ ਸੀ 01, ਬਹੁਤ ਜ਼ਿਆਦਾ ਵਾਈਟ ਹੈ, ਲੇਕਿਨ ਇਹਨੂੰ ਮੈਂ ਮਿਕਸ ਕਰ ਸਕਦੀ ਹਾਂ ਕਿਸੇ ਡਾਰਕ ਫਾਊਂਡੇਸ਼ਨ 'ਚ ਜਾਂ ਫਿਰ ਕੰਸੀਲਰ 'ਚ ਐਂਡ ਬਹੁਤ ਵਧੀਆ ਤਰੀਕੇ ਨਾਲ ਫਿਰ ਆਪਾਂ ਅਪਲਾਈ ਕਰ ਸਕਦੇ ਹਾਂ। ਲੇਕਿਨ ਹਲੇ ਮੈਂ ਇਹਨੂੰ ਉੱਦਾਂ ਹੀ ਸਕਿਨ 'ਤੇ ਪ੍ਰਾਈਮਰ ਦੇ ਤਰ੍ਹਾਂ ਥੋੜ੍ਹਾ ਥੋੜ੍ਹਾ ਲਾ ਲਿਆ, ਬਿਕੋਜ਼ ਬਹੁਤ ਜ਼ਿਆਦਾ ਹੀ ਇੱਕਦਮ ਸਮੂਥਨੈਸ ਨਾਲ ਸਕਿਨ 'ਤੇ ਅਪਲਾਈ ਹੋ ਜਾਂਦਾ, ਬਿਲਕੁਲ ਵੀ ਫੀਲ ਨਹੀਂ ਹੁੰਦਾ ਕੁਛ। ਇਹਦੀ MRP ਲਿਖੀ ਹੋਈ ਆ 449, ਮਤਲਬ 450 ਰੁਪੀਸ, ਐਂਡ ਮੈਂ ਇਹਨੂੰ ਖਰੀਦਿਆ ਸੀਗਾ 350 ਰੁਪੀਸ 'ਚ ਐਂਡ ਕਾਫੀ ਅੱਛਾ ਐਜ਼ ਅ ਪ੍ਰਾਈਮਰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਅਗਰ ਥੋੜ੍ਹਾ ਥੋੜ੍ਹਾ ਲਾ ਲਓ। ਸੋ ਗਾਈਜ਼, ਮੇਰਾ ਮੇਕਅਪ ਡਨ ਹੋ ਚੁੱਕਿਆ, ਮੈਂ ਪੂਰਾ ਮੇਕਅਪ ਦਾ ਪੂਰੀ ਵੀਡੀਓ ਸ਼ੂਟ ਨਹੀਂ ਕੀਤੀ, ਬਿਕੋਜ਼ ਮੇਕਅਪ ਵੀਡੀਓ ਨਹੀਂ ਬਣਾਉਣੀ ਸੀ ਮੈਂ, ਅਤੇ ਬਸ ਦੋ ਹੀ ਚੀਜ਼ਾਂ ਜੋ ਮੈਂ ਐਡ ਔਨ ਕੀਤੀਆਂ ਸੀ ਉਹ ਦਿਖਾਈਆਂ ਆ ਐਂਡ ਹੁਣ ਮੈਂ ਆਪਣੇ ਹੇਅਰਸ ਨੂੰ ਸੈੱਟ ਕਰ ਲਿਆ। ਇਸ ਤੋਂ ਬਾਅਦ ਆਪਾਂ ਤੁਹਾਨੂੰ ਪੂਰੀ ਲੁੱਕ ਦਿਖਾਵਾਂਗੇ ਕਿ ਡਰੈਸ ਕਿਹੜੀ ਹੈ। ਆ ਵਾਈਟ ਡਰੈਸ ਜਿਹੜੀ ਮੈਂ ਵੇਅਰ ਕੀਤੀ ਹੋਈ ਹੈ, ਡਰੈਸ ਇਹੀ ਹੈ ਐਂਡ ਇਹ ਹੁਣੇ ਮੈਂ ਤੁਹਾਨੂੰ ਅੱਗੇ ਦਿਖਾਊਂਗੀ ਪੂਰੀ ਡਰੈਸ। ਲੇਕਿਨ ਉਸ ਤੋਂ ਪਹਿਲਾਂ ਤੁਸੀਂ ਦੱਸੋ ਮੇਰਾ ਮੇਕਅਪ ਕਿਵੇਂ ਦਾ ਹੋਇਆ ਆ ਥੱਲੇ ਕਮੈਂਟ ਕਰਕੇ। ਸੋ ਜੋ ਬੈਗ ਮੈਂ ਔਡਰ ਕੀਤਾ ਸੀਗਾ ਉਹ ਹੈ ਇਹ ਵਾਲਾ, ਦੇਖ ਸਕਦੇ ਹੋ ਕਿੰਨਾ ਪ੍ਰੀਟੀ ਕਲਰ ਹੈ, ਬਹੁਤ ਸੋਹਣਾ ਕਲਰ ਹੈ ਇਹਦਾ। ਸੋ ਗਾਈਜ਼, ਇਹ ਫੋਟੋ 'ਚ ਮੈਨੂੰ ਲੱਗ ਰਿਹਾ ਸੀ ਥੋੜ੍ਹਾ ਲਾਈਟ ਕਲਰ ਹੋਊਗਾ, ਲੇਕਿਨ ਇੱਕਦਮ ਡਾਰਕ ਬਰਾਊਨ ਕਲਰ ਆਇਆ ਐਂਡ ਆਈ ਲਵ ਦਿਸ ਕਲਰ, ਬਹੁਤ ਸੋਹਣਾ ਕਲਰ ਹੈ। ਐਂਡ ਇਹਦੇ ਇੱਥੇ ਇੱਕ ਜ਼ਿਪ ਦਿੱਤੀ ਹੋਈ ਆ, ਯੂ ਕੈਨ ਸੀ, ਮੈਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੀ ਹਾਂ। ਬਹੁਤ ਜ਼ਿਆਦਾ ਸਪੇਸ਼ੀਅਸ ਬੈਗ ਹੈ, ਮਤਲਬ ਕਿੱਦਾਂ ਲੱਗ ਰਿਹਾ ਨਾ, ਬਹੁਤ ਪਤਲਾ ਜਿਹਾ ਹੈ, ਲੇਕਿਨ ਜਿੱਦਾਂ ਇਹਨੂੰ ਆਪਾਂ ਖੋਲ੍ਹਦੇ ਹਾਂ ਤਾਂ ਯੂ ਕੈਨ ਸੀ ਕਿੰਨਾ ਜ਼ਿਆਦਾ ਸਪੇਸ ਹੈ ਇਹਦੇ ਵਿੱਚ, ਕਿਨ ਸੀ ਕਿੰਨੀਆਂ ਜ਼ਿਪ ਦਿੱਤੀਆਂ ਹੋਈਆਂ। ਇੱਧਰ ਵੀ ਜ਼ਿਪ ਹੈ, ਇੱਧਰ ਸਪੇਸ ਹੈ, ਇੱਧਰ ਪਾਰਟੀਸ਼ਨ ਬਣਿਆ ਹੋਇਆ, ਇੱਧਰ ਵੀ ਸਪੇਸ ਦਿੱਤਾ ਹੋਇਆ ਰੱਖਣ ਲਈ ਐਂਡ ਇੱਧਰ ਆਹ ਕੀ ਹੈ, ਇਹਨਾਂ ਨੇ ਚੇਪੀ ਜਿਹੀ ਲਾਈ ਹੋਈ ਆ ਐਂਡ ਦੈਨ ਇੱਧਰ ਵੀ ਸਪੇਸ ਹੈ, ਮਤਲਬ ਕਾਫੀ ਅੱਛਾ ਖਾਸਾ ਸਪੇਸ ਮਿਲ ਜਾਂਦਾ ਹੈ। ਇਹਦੇ ਵਿੱਚ ਸਮਾਨ ਚਾਹੀਦਾ ਹਲੇ ਤੱਕ ਮੈਂ ਕੱਢਿਆ ਹੀ ਕਿਉਂਕਿ ਮੈਨੂੰ ਯੂਜ਼ ਨਹੀਂ ਕੀਤਾ। ਐਂਡ ਦੈਨ ਸਾਨੂੰ ਇੱਕ ਆਹ ਬੈਲਟ 'ਚ ਹੀ ਮਿਲਦੀ ਹੈ ਇਹਦੀ, ਜਿਵੇਂ ਟੰਗਣ ਵਾਸਤੇ, ਸਲਿੰਗ ਕਰਨ ਨੂੰ, ਸਲਿੰਗ ਬੈਗ ਵਾਂਗੂ ਯੂਜ਼ ਕਰਨ ਨੂੰ, ਸਲਿੰਗ ਕਰਨ ਨੂੰ। ਸੋ ਇੱਦਾਂ ਇਹ ਮਿਲ ਜਾਂਦੀ ਹੈ, ਇਹਨੂੰ ਆਪਾਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹਾਂ। ਐਂਡ ਇਸ ਬੈਗ ਦੀ ਕੁਆਲਿਟੀ, ਮਾਈ ਗੋਡ, ਕਾਫੀ ਜ਼ਿਆਦਾ ਅੱਛੀ ਹੈ, ਟੂ ਬੀ ਵੈਰੀ 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 ਓਨੈਸਟ। ਅੰਦਰ ਜਿਵੇਂ ਬੈਗ ਦਾ ਨਾ ਮੇਨ ਪਤਾ, ਜਿਵੇਂ ਬਾਹਰੋਂ ਤਾਂ ਚਲੋ ਠੀਕ ਹੈ ਸਾਰੇ ਹੀ ਸੋਹਣੇ ਹੁੰਦੇ, ਲੇਕਿਨ ਅੰਦਰੋਂ ਕੀ ਕੁਆਲਿਟੀ ਹੈ ਬੈਗ ਦੀ ਉੱਥੋਂ ਪਤਾ ਲੱਗਦਾ ਕਿ ਬੈਗ ਹੈ ਕੀ ਚੀਜ਼, ਹੈ ਨਾ। ਸੋ ਕਾਫੀ ਅੱਛੀ ਕੁਆਲਿਟੀ ਹੈ, ਕਾਫੀ ਜ਼ਿਆਦਾ ਸਪੇਸ਼ੀਅਸ ਹੈ ਐਂਡ ਸਭ ਤੋਂ ਵਧੀਆ ਗੱਲ, ਕਲਰ ਬਹੁਤ ਸੋਹਣਾ ਹੈ, ਬਹੁਤ ਡੀਸੈਂਟ ਜਿਹੀ ਲੁੱਕ ਆਏਗੀ ਇਹਨੂੰ ਕੈਰੀ ਕਰਨ 'ਚ ਐਂਡ ਬਹੁਤ ਕੈਜੂਅਲੀ ਤੁਸੀਂ ਇਹਨੂੰ ਕੈਰੀ ਕਰ ਸਕਦੇ ਹੋ, ਆਫਿਸ ਇਹਨੂੰ ਲੈ ਕੇ ਜਾ ਸਕਦੇ ਹਾਂ ਐਂਡ ਕਾਲਜ ਵੀ ਲੈ ਕੇ ਜਾ ਸਕਦੇ ਹਾਂ, ਕਿਤੇ ਵੀ ਟੀਚਰ ਹੈ ਕੋਈ ਤਾਂ ਉਹਨਾਂ ਲਈ ਵੀ ਕਾਫੀ ਬੈਸਟ ਹੈ। ਸੋ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਐਂਡ ਫੜਿਆ ਵੀ, ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਇਹਦਾ ਜੋ ਓਰਿਜਨਲ ਪ੍ਰਾਈਸ ਸੀਗਾ, ਆਈ ਗੈਸ 3500 ਸੀਗਾ, ਲੈਟ ਮੀ ਚੈੱਕ,
हाँ जी ओरिजिनल प्राइस ज़्यादा है MRP सी 3599 नहीं 3499 एंड इनू मैं बाय किया 1899 च काफ़ी ज़्यादा अच्छे डिस्काउंट थे 46% डिस्काउंट थे मैंने मिले सेगा एंड काफ़ी ज़्यादा मैं हैप्पी एंड खरीद के बिकॉज यदि क्वालिटी नेक्स्ट लेवल है बेस्ट बैग सो मैं इस लुक के लिए पूरा इदा सोचा सेगा मेरी लुक थोड़ी जी खराब इस करके हुई बिकॉज थोड़ा जहा कलर इशू हो गया मैं ब्राउन बैग ब्राउन हील वाइट ड्रेस एंड एक होर चीज़ वॉच तो इदा दी है जो सारे नाल चल जाएगी कलर की प्रॉब्लम यह होगी कि हील्स मैनू थोड़िया जी इदा दी रिसीव हुई हैं इट्स अ ब्राउन कलर लेकिन ये उदा का ब्राउन नहीं है जिदा का ब्राउन ये वाला है मतलब बैग है वो डार्क है थोड़ा लाइट चाह जाता हील मैं मंगाइया सी अपनी वाइट ड्रेस के नाल वेयर करने लिए एंड बैग भी मैं उस लिए मंगाया सीगा कि मैं पूरी वो प्रॉपर लुक बनानी सी सो गाइस जो इसकी MRP सी 1999 मतलब 2000 रुपीज एंड मैं इन खरीदया सीगा 839 कितने परसेंट डिस्काउंट 58% डिस्काउंट मैं बाय किया साइज यदा मैं ऑर्डर किया 41 वैसे मैं 40 साइज आता लेकिन मैं 41 किया बिकॉज इदा की मैं पहला भी मंगाई सी एक उस मैं छोटा आया सी काफ़ी ज़्यादा साइज 40 तो इस करके मैं इनू थोड़ा जहा एक साइज व्डा ही मंगाया 40 मंगाया एंड तुम लग गए देख सकते हो इतने ये इदा डिजाइन जहा बनया हुआ है इतने इलास्टिक है एंड हील तुम देख सकते हो किन्नी क्या इस तरीके की यदि हील है काफ़ी ज़्यादा कंफर्टेबल एंड बहुत ही ज़्यादा डीसेंट एंड प्यारी लुक आती है इनू पा के इनू तुम ड्रेस के नाल भी वेयर कर सकते हो जीन्स के नाल भी वेयर कर सकते हो सूट के नाल भी वेयर कर सकते हो मतलब एक इदा का पेयर है ये जो तुम किसी भी चीज़ नाल वेयर कर लोगे मेरे हिसाब ना तो चल जूगा काम तो कोई माड़ा ऑप्शन नहीं है ये होर भी कलर्स अवेलेबल से इफ आई एम नॉट रोंग लेट मी चेक एक मिनट मैं देखा हाँ ये एक ब्लैक कलर सेगा एक वाइट कलर सेगा सो अगर थोड़ी चॉइस है तो तुम जाके चेक कर सकते हो लिंक मैं डिस्क्रिप्शन दिते हुए ने ऑलमोस्ट सारिया चीज़ों के जो भी मैं थोड़ा इस वीडियो दिखा रही हाँ सो गाइस जो सेकंड लास्ट प्रोडक्ट है इस वीडियो का वह है ए वॉच यू कैन सी कितनी प्यारी वॉच है मैनू ये काफ़ी ज़्यादा सोहनी लगी सी इदा सिल्वर कलर है एंड सेंटर एक मिनट फोकस नहीं हो रहा यू कैन सी साइड च सिल्वर है एंड सेंटर च गोल्डन है पा के इदा लगेगी ये हाथ से कितनी सोहनी लग रही है एंड इधरों ही सो ये वॉच मैं ऑर्डर की इदा ओरिजिनल प्राइस जरा 1999 मीनस 2000 रुपीज एंड इनू मैं लिया 849 च आई गैस एक मिनट मैं चेक करा हाँ 849 च मैं इनू खरीदया मतलब 58% डिस्काउंट से अगेन काफ़ी अच्छी डील है एंड काफ़ी सारी होर भी वॉचिस से काफ़ी अच्छा डिस्काउंट चल रहा है सो तुसी ले सकते हो इफ यू वॉन्ट एक बार मैं इदा दी ही वॉच मतलब इन्ने की दी सी 2000 की वह मैं ली सी शॉप तो वह मैनू मिली सी 2000 की सी लेकिन मैं 1800 की ली सी आई गैस हाँ तो 200 रुपये का ऑफ मिलेगा तो इस तो चंगा तो मैं ऑनलाइन परचेज करती जो सेल वगैरह चल रही होंगी तो बंद इन्ना ज़्यादा ऑफ तो मिल जाता एटलीस्ट मिनीम 50% तो उत्ते ही है सो य सारिया चीज़ा लास्ट चीज़ रह गई है वह है ड्रैस तो ड्रैस मैं तुम दिखाई हाँ ये वाइट कलर की ड्रैस एक मिनट ये बहुत सोहनी वाइट कलर की ड्रैस है फुल स्लीवस ने सो यदा फैब्रिक जो है 100% पोलिस्टर है एंड राउंड नेक है ठीक है फुल स्लीवस दिखाई हुई हैं सानू काफ़ी अच्छी स्लीवस ने इत्थे इलास्टिक लगी हुई है ठीक है यू कैन सी इस तरीके का लागू भी तुसी फैब्रिक देख सकते हो फिट एंड फ्लेयर यदा डिज़ाइन है जिहड़ी सानू इत्थे कमर दे कोल भी इलास्टिक मिल जाती है जिद नाल फिटिंग वगैरह आती है मैं थोड़ी जी लूज सी मैं थोड़ा व्डा साइज़ ऑर्डर कर लिया आई गैस एंड यदि जी लेंथ है तुसी देख सकते हो इन्नी क लेंथ है एंड वीयर करके तो काफ़ी ज़्यादा प्रिटी लगती है यह मैं काफ़ी ज़्यादा पसंद आई एंड यदा जो प्राइस सेगा वो काफ़ी ज़्यादा सेगा मेरे हिसाब न अकॉर्डिंग टू फैब्रिक लेकिन डिस्काउंट तो काफ़ी अच्छे प्राइस से थानू मिल जाएगी यदा ओरिजिनल प्राइस सेगा 3999 मतलब ज़्यादा ही 9 लाते लगता मैं इन शॉर्ट दसा तो 4000 रुपीज़ लेकिन ये मैं मिली सी 55% डिस्काउंट थे मीनस 1799 रुपीज़ थोनू किवें दी लग रही है देखन च मैं जरूर कमेंट करके दस्यो एंड अगर थोनू अच्छी लगी मेरी सारिया चीज़ा या कि चीज़ सब तो ज़्यादा अच्छी लगी मैं जरूर कमेंट करके दस्यो
एंड आज की वीडियो थानू किवें दी लगी जरूर दस दियो। मेरे चैनल नू सबसक्राइब कर लियो, वीडियो नू लाइक कर दियो, कमेंट कर दियो, शेयर कर दियो। मिलते हैं फिर नैक्सट वीडियो च एंड सारिया चीज़ों के लिंक मैं डिस्क्रिप्शन च देते हैं। मिलते हैं फिर नैक्सट वीडियो च, बाय।